35 ਕਹਿੰਦੇ ਨੇ ਚਰਨਜੀਤ ਕੌਰ ਜੀ ਜੋ ਸਿੱਧੂ ਮੂਸੇਵਾਲ ਦੀ ਮਾਂ ਨੇ। ਮੈਂ ਪ੍ਰਣਾਮ ਕਰਦਾ ਇਹੋ ਜਿਹਾ ਪੰਜਾਬਣ ਨੂੰ। ਮੋਸੇ ਪਿੰਡ ਦੇ ਸਰਪੰਚ ਦੇ ਵਾਸਤੇ ਲੜ ਰਹੇ ਨੇ, ਮੈਂ ਸਮਰਥਨ ਕਰਦਾ ਹੈ। ਪਿੱਛੇ ਜਿਹਾ ਸਿੱਧੂ ਮੂਸੇਵਾਲੇ ਦੇ ਇੱਕ ਦੋਸਤ ਦੀ ਮੌਤ ਵੀ ਹੋਈ ਹੈ ਬੰਦੂਕ ਨਾਲ ਖੇਡਦੇ ਖੇਡਦੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂ ਕਿਉਂ ਮੌਤ ਹੋਇਆ? ਭੜਕਾਊ ਗਾਣਾ ਕਾਰਨ ਹੈ, ਇਸ ਲਈ ਭੜਕਾਊ ਗਾਣਾ ਬੰਦ ਕਰਕੇ ਬਾਬਾ ਨਾਨਕ ਦੀ ਗਾਣਾ ਹਰ ਥਾਂ 'ਤੇ ਜੇ ਵਜੇ ਤੇ ਸਾਰੇ ਪੰਜਾਬੀ ਸੁਧਰ ਜਾ। ਸਰਬਜੀਤ ਸਿੰਘ ਦੀ ਉਹ ਬਰਸੀ ਦੇ ਵਿੱਚ ਗਿਆ, ਇਕੱਲੇ ਇੱਕ ਕਲਾਕਾਰ ਸੀ, ਕੋਈ ਕਲਾਕਾਰ ਨਹੀਂ ਗਏ ਹਿੰਦੁਸਤਾਨ ਦੀ ਪੰਜਾਬ ਦੀ, ਬੰਦਾ ਗਿਆ ਰੋਇਆ ਉੱਥੇ। ਜਦੋਂ ਤੱਕ ਅਸੀਂ ਆਪਣੇ ਪੰਜਾਬੀ ਦੇ ਬੱਚਿਆਂ ਤੱਕ ਪੰਜਾਬੀ ਸੱਭਿਆਚਾਰ, ਪੰਜਾਬੀ ਕਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਲੈ ਕੇ ਜਾਂਦੇ, ਉਦੋਂ ਤੱਕ ਮੂਸੇਪੁਰੀਏ ਟੌਪ ਦੇ ਸ਼ਾਇਰ ਰਹਿਣਗੇ। ਪੰਚਾਇਤੀ ਚੋਣਾਂ ਸਿਰ 'ਤੇ ਨੇ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ ਵੱਖ ਥਾਵਾਂ ਦੇ ਉੱਤੇ ਸਰਪੰਚੀ ਦੇ ਉਮੀਦਵਾਰਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਅਤੇ ਇਹਨਾਂ ਉਮੀਦਵਾਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ, ਤਾਂ ਸਿੱਧੂ ਮੂਸੇਵਾਲਾ ਆਪਣੀ ਮਾਤਾ ਦੇ ਲਈ ਪਿੰਡ ਵਿੱਚ ਚੋਣ ਪ੍ਰਚਾਰ ਕਰਦੇ ਵੀ ਤੁਸੀਂ ਵੇਖੇ ਜ਼ਰੂਰ ਹੋਣਗੇ। ਪਰ ਸਿੱਧੂ ਮੂਸੇਵਾਲਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਗੇ ਅਤੇ ਹੋਰ ਬਹੁਤ ਸਾਰੀਆਂ ਲਾਹਨਤਾਂ ਨੂੰ ਨੱਥ ਪਾਉਣਗੇ ਅਤੇ ਪਿੰਡ ਦੇ ਵਿਕਾਸ ਦੇ ਲਈ ਹਮੇਸ਼ਾ ਪਿੰਡ ਦਾ ਸਾਥ ਦੇਣਗੇ। ਪਰ ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੀ, ਤਾਂ ਅਕਸਰ ਸਮਾਜ ਸੇਵੀ ਲੋਕ ਨੇ ਜਿਹੜੇ ਜਾਂ ਫਿਰ ਕੁਝ ਚੰਗੀ ਸੋਚ ਵਾਲੇ ਲੋਕ ਨੇ, ਤਾਂ ਸਿੱਧੂ ਮੂਸੇਵਾਲਾ ਨੂੰ ਖਾਸਾ ਕੋਈ ਪਸੰਦ ਨਹੀਂ ਕੀਤਾ ਜਾ ਰਿਹਾ। ਅਤੇ ਗੱਲ ਕੀਤੀ ਜਾਵੇ ਜੇਕਰ ਪੰਡਿਤ ਰਾਓ ਧਰਨੇਵਰ ਦੀ, ਤਾਂ ਅੱਜ ਉਹ ਰੋਪੜ ਦੇ ਵਿੱਚ ਪਹੁੰਚੇ ਹੋਏ ਨੇ ਅਤੇ ਸਿੱਧੂ ਮੂਸੇਵਾਲੇ ਦਾ ਵਿਰੋਧ ਲਗਾਤਾਰ ਜਾਰੀ ਹੈ। ਇਹ ਕਹਿ ਲਈਏ ਕਿ ਸਿੱਧੂ ਮੂਸੇਵਾਲਾ ਨੂੰ ਇੱਕ ਰਾਹ ਦੇਣ ਦੇ ਲਈ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਅਤੇ ਲਿਖਿਆ ਗਿਆ ਸਿੱਧੂ ਮੂਸੇਵਾਲਾ ਜੀ ਬੰਦੂਕਾਂ ਵਾਲੇ ਗਾਣੇ ਗਾਉਣੇ ਬੰਦ ਕਰੋ, ਧੰਨ ਧੰਨ ਬਾਬਾ ਨਾਨਕ ਜੀ ਦੀ ਬਾਣੀ ਗਾਓ, ਸਾਰੇ ਪਾਪ ਧੋਤੇ ਜਾਣਗੇ। ਸੋ ਪੰਡਿਤ ਜੀ ਦੇ ਨਾਲ ਅੱਜ ਸਿੱਧੂ ਮੂਸੇਪੁਰ ਵਾਲੇ ਦੇ ਲਈ ਹੀ ਗੱਲਬਾਤ ਕਰਾਂਗੇ, ਉਸ ਦੇ ਬਾਰੇ ਹੀ ਗੱਲਬਾਤ ਕੀਤੀ ਜਾਏਗੀ। ਪਰ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਬਹੁਤ ਬਹੁਤ ਸਵਾਗਤ ਜੀ ਪੰਡਿਤ ਜੀ। ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਅੱਜ ਰੋਪੜ ਆਏ ਹੋ, ਸਭ ਤੋਂ ਪਹਿਲਾਂ ਤਾਂ ਕਾਰਨ ਕੀ ਹੈ? ਪ੍ਰਚਾਰ ਦੇ ਲਈ ਜੀ ਪੂਰਾ ਪੰਜਾਬ ਦੇ ਵਿੱਚ ਹਰ ਥਾਂ 'ਤੇ ਪਹੁੰਚਾਂਗਾ ਮੈਂ। ਪਹੁੰਚ ਕੇ ਇਹ ਦੱਸਣਾ ਹੈਗਾ ਕਿ ਪੰਜਾਬ ਹੀ ਸਭ ਤੋਂ ਅਮੀਰ ਹੈ, ਪਵਿੱਤਰ ਹੈ। ਇਸਦੇ ਪਵਿੱਤਰ ਪਾਤਸ਼ਾਹ ਦੇ ਵਿੱਚ ਲੱਚਰ ਸ਼ਰਾਬੀ ਹਥਿਆਰੀ ਤੁਸੀਂ ਨਹੀਂ ਗਾ ਸਕਦੇ, ਇਸ ਲਈ ਮੈਂ ਪ੍ਰਚਾਰ ਕਰਾਂਗਾ। ਠੀਕ ਹੈ, ਸਿੱਧੂ ਮੂਸੇਪੁਰ ਵਾਲਾ ਜਿਹੜਾ ਹੈਗਾ ਲਗਾਤਾਰ ਚਰਚਾ ਦੇ ਵਿੱਚ ਹੈ, ਤੁਹਾਡੇ ਵੱਲੋਂ ਜਿਹੜਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਕਾਰਨ ਕੀ ਹੈ? ਸਿਰਫ ਇੱਕੋ ਗਾਇਕ ਹੈ ਜਿਹੜਾ ਅਜੇ ਤੱਕ ਲੱਚਰ ਗਾ ਰਿਹਾ ਜਾਂ ਫਿਰ ਗੈਂਗਸਟਰਵਾਦ ਨੂੰ ਪ੍ਰਮੋਟ ਕਰ ਰਿਹਾ ਜੀ? ਜੀ ਦੇਖੋ, ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਬਹੁਤ ਹੀ ਹੋਨਹਾਰ ਮੁੰਡਾ ਹੈ, ਉਹਨਾਂ ਦੇ ਵਿੱਚ ਹੁਨਰ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਉਸ ਹੁਨਰ ਨੂੰ ਸਮਾਜ ਦੇ ਚੰਗੇ ਰਾਹ 'ਤੇ, ਸਮਾਜ ਨੂੰ ਚੰਗੇ ਰਾਹ 'ਤੇ ਲਾਉਣ ਲਈ ਵਰਤੋਂ ਕਰਨ ਦੀ ਲੋੜ ਹੈ, ਪਰ ਉਹ ਹਮੇਸ਼ਾ ਬੰਦੂਕ ਦੀ ਵਰਤੋਂ, ਬੰਦੂਕ ਦੀ ਉਤਸਤ ਕਰਦੇ ਨੇ, ਜੋ ਗਲਤ ਹੈ। ਇਸ ਲਈ ਮੈਂ ਬੇਨਤੀ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਬੰਦੂਕ ਵਾਲੇ ਗਾਣੇ ਛੱਡ ਕੇ ਬਾਬਾ ਨਾਨਕ ਦੀ ਬਾਣੀ ਗਾਓ, ਪੰਜਾਬੀਅਤ ਦੀ ਗਾਣਾ ਗਾਓ, ਰਾਸ਼ਟਰ ਗੀਤ ਰਾਸ਼ਟਰ ਭਗਤੀ ਦੀ ਗਾਣਾ ਗਾਓ, ਸ਼ਹੀਦ ਭਗਤ ਸਿੰਘ ਦੀ ਗਾਣਾ ਗਾਓ, ਮੈਂ ਉੱਤੋਂ ਉਹਨਾਂ ਦੇ ਨਾਲ ਹਾਂ। ਪਰ ਤੁਸੀਂ ਬੰਦੂਕ ਦੀ ਗਾਣਾ ਗਾਓਗੇ, ਮੈਂ ਤਾਂ ਹਰ ਥਾਂ 'ਤੇ ਜਾ ਕੇ ਪ੍ਰਚਾਰ ਕਰਾਂਗਾ, ਮੈਂ ਨਹੀਂ ਛੱਡਣਾ। ਠੀਕ ਹੈ, ਸਿੱਧੂ ਮੂਸੇਵਾਲਾ ਆਪਣੇ ਮਾਤਾ ਦੇ ਲਈ ਪ੍ਰਚਾਰ ਕਰ ਰਿਹਾ ਅਤੇ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਪਿੰਡ ਦੇ ਵਿੱਚੋਂ ਨਸ਼ੇ ਖਤਮ ਕਰੇਗਾ ਜਾਂ ਫਿਰ ਹੋਰ ਬੁਰੀਆਂ ਜਿਹੜੀਆਂ ਲੱਤ ਨੌਜਵਾਨਾਂ ਨੂੰ ਲੱਗੀ ਹੋਈ ਹੈ ਉਹ ਖਤਮ ਕਰੇਗਾ, ਕੀ ਕਹੋਗੇ? ਜੀ ਚਰਨਦੀਪ ਕੌਰ ਜੀ ਹੈ, ਮੈਂ ਬਹੁਤ ਸਨਮਾਨ ਕਰਦਾ ਹੈ ਉਹਨਾਂ ਦਾ। ਦੇਖੋ, ਉਹਨਾਂ ਦੇ ਘਰ ਵੀ ਗਿਆ ਸੀ ਮੈਂ। ਚਰਨਜੀਤ ਜੀ ਬਹੁਤ ਹੀ ਨਿਮਰਤਾ ਭਰੀ ਇੱਕ ਪੰਜਾਬਣ ਹੈ। ਜਦ ਮੈਂ ਉੱਥੇ ਉਹਨਾਂ ਆਂਗਣ ਦੇ ਵਿੱਚ ਗਿਆ, ਉਹ ਬਹੁਤ ਹੀ ਸਤਿਕਾਰ ਨਾਲ ਮੈਨੂੰ ਸਵਾਗਤ ਕਰਕੇ ਮੈਨੂੰ ਖਾਣ ਲਈ ਵੀ ਉਹ ਕਹੇ ਨੇ। ਉਹਨਾਂ ਦੇ ਬਾਅਦ ਵਿੱਚ ਮੈਂ ਵੇਖਿਆ ਕਿ ਉਹਨਾਂ ਦੇ ਆਂਗਣ ਦੇ ਵਿੱਚ ਬੈਠਾ ਕੇ ਨਿੱਕੇ ਨਿੱਕੇ ਬੱਚੇ ਨੂੰ 35 ਸਿਖਾਉਂਦੇ ਨੇ ਚਰਨਜੀਤ ਕੌਰ ਜੀ ਜੋ ਸਿੱਧੂ ਮੂਸੇਵਾਲ ਦੀ ਮਾਂ ਨੇ। ਮੈਂ ਪ੍ਰਣਾਮ ਕਰਦਾ ਇਹੋ ਜਿਹਾ ਪੰਜਾਬਣ ਨੂੰ, ਇਹੋ ਜਿਹਾ ਮਾਤਾ ਨੂੰ ਜੋ ਪੰਜਾਬੀ ਭਾਸ਼ਾ ਦੀ ਸਤਿਕਾਰ ਕਰਦੇ ਹੋਏ ਆਂਗਣ ਦੇ ਵਿੱਚ ਪੰਜਾਬੀ ਸਿਖਾਉਂਦੇ ਨੇ, ਉਹਨਾਂ ਦਾ ਪੂਜਾ ਮੈਂ ਕਰਾਂਗਾ। ਜੇ ਉਹ ਮੂਸੇਵਾਲੇ ਦੇ ਮੂਸੇ ਪਿੰਡ ਦੇ ਸਰਪੰਚ ਦੇ ਵਾਸਤੇ ਲੜ ਰਹੇ ਨੇ, ਮੈਂ ਸਮਰਥਨ ਕਰਦਾ ਹੈ। ਜਿੱਤਣ ਦੀ ਲੋੜ ਹੈ,
औरत नूं जिताउण दी लोड़ है, औरत नूं सरपंच क्या प्रधानमंत्री भी बनाउण दी लोड़ है, क्योंकि औरत दी जिन्नी तरक्की होगी उन्ना ही साडी समाज सुधरेगी। बाबा नानक आखदे ने सो क्यों मंद आखिए जित जमे राजान, उस औरत नूं कमज़ोर नहीं बोल सकते तुसीं जो जो राजा नूं भी सम्मान करदी है। इसलिए मैं सम्मान करते हुए मैं समर्थन करांगा। मैं नाल ही बेनती करदा है कि उन्हां दे बेटा सिद्धू मूसेवाले नूं दस्या जावे कि आउण वाले समय दे विच ना कोई वो भड़काऊ गाना गाऊगा ना हत्यारी गाना गाऊगा, जे वो मनदे है मैं सम्मान करांगा। ठीक है, माता जी दूजिआं नूं 35 सिखाउंदे ने, चंगे राह ते लगाउंदे ने, पर उन्हां दा बेटा अजे तक किन्ना विरोध हो लिया, पर बेटा अजे भी गैंगस्टरवाद दे गीत गा रहे कारण नहीं, अजकल वो छड़ दिता बंदा। मैं बहुत बहुत साहू है वो, मैं जानता उन्हां दा सुभाव, वो बहुत ही पंजाब बारे सोचता है, गलती नाल कुछ भड़काऊ गाना गा चुके ने। पर मैं तुहानूं दसा, उमरा नंगल दे विच एक मेला सीगा उत्थे अमृतसर दे नेड़े, वो बंदे ने एक भी गलत नहीं गाया। उस तो बाद जो मोहाली दे विच एक घटना हुई, उन्हां दे दोस्त दी सरबजीत सिंह नूं गोली लेके मौत होया, उस तो बाद जिन्ने भी शो हुए ने उत्थे वो बहुत दुखी ने बंदा, वो गलत गाना नहीं गा रहे ने। मैनूं लगता है जिहड़े गाना गा चुके ने वो स्टेज भी नहीं गा रहे ने। मैनूं पूरा आस ते उम्मीद है वो रिकॉर्डिंग कदे भी नहीं करूगा, मैनूं पूरा आस, जे करूगा तो माँ जो सरपंच बनेगी जे जीत के तो उन्हां नूं पार्टी बनावांगा मैं, मानयोग पंजाब हरियाणा हाईकोर्ट दे विच उन्हां नूं जवाब देना पैना, बुरी तरह फस जाना माँ अते पुत दोनों। माँ ते पुत नूं फसाउण दीआं पंडित जी वल्लों तैयारियां ने, पर शर्त यही है भाई जेकर सिद्धू मूसेवाला गलत गाना गाउंदा है गैंगस्टरवाद दे लई जां फिर हथियारी गाने लच्चर गाने गाए जांदे ने उस कंडीशन दे विच। पिछे जे सिद्धू मूसेवाले दे इक दोस्त दी मौत भी होई है बंदूक नाल खेडदे खेडदे, उहदे बारे की कहना चाहोगे? जी बहुत दुख भरी घटना है, मैं निंदा करता है, मैं दुख भी प्रकट करता है। देखो नौजवान मुंडा 35 साल जी सरबजीत सिंह नूं गोली लैके मर जांदा है। नौजवान मुंडा जो खेड नूं प्रचार करदे सन, जो नवें नवें गायक नूं प्रमोट करदे सन, इहो जिहा नौजवान मुंडे नूं असीं नहीं खोणा हैगा गोली लग के। क्यों मौत होया? भड़काऊ गाना कारण है, इसलिए भड़काऊ गाना बंद करके बाबा नानक दी गाना हर था ते जे वजे ते सारे पंजाबी सुधर जा। कहण दा भाव है दो दिन तो पहले जिते घटना होया, मैं शहीद गुरुद्वारा शहीद है उत्थे सोहाने दे विच गुरुद्वारा उत्थे दो दिन तक मैं उत्थे खड़े होकर लोगों नूं बेनती की कि इहो जिहा गाने ते ना नचो ना गाओ। उस तो बाद भी होया, उस तो बाद देखो केस दर्ज होया, हुण इनक्वायरी होएगी। IG रोपड़ रेंज दे नीरजा मैडम IPS उन्होंने SIT भी गठन किए ने, इनक्वायरी होएगी। उत्थे मैं एक बेनती भी की है भड़काऊ गाना कारण है, इसलिए भड़काऊ गाना बंद हो। देखो सिद्धू मूसेवाले जेकर भड़काऊ गाना बंद करेंगे सारे गायक भड़काऊ गाना बंद हो जाए, भड़काऊ गाने की पतन हो जाना। केड़े गायक हुण तक मुआफ़ी मांग चुके ने? बहुत सारे। केड़े सुखविंदर सुक्की फॉर्म बटंडा, परमजीत सिंह पल्ली पम्मी जो पम्मी भाई उन्होंने माफ़ी मांग चुके ने, बहुत सारे लिखित रूप में अलिखित रूप में भी दुख प्रकट किए ने। मैंने पूरा आस तो उम्मीद है बहुत सारे समझदार लोग भी तड़प रहे ने मना मना विच माफ़ी मांगन ले पंजाबी माँ बोली तो सभ्याचार तो, क्योंकि सर पंजाबी माँ बोली पंजाबी माँ सभ्याचार ही सत्य है। असी सारे एक दिन मर जाना मिट जाना मिट्टी बन जाना। मेरा बाबा नानक आखदे ने कूड़ राजा कूड़ प्रजा कूड़ सब संसार, इस दुनिया सब कुछ असत्य है, सत्य है वो परमात्मा है, वो परमात्मा तक ले जाती है भाषा पंजाबी। इसलिए इस भाषा नु सम्मान करते हुए बहुत सारे गायक लोग माफ़ी मंगणगे, इस भाषा नु उच्ची पद्धर ते रखणगे। सिद्धू मूसेवाला तो यह भी कह रहे हैं पंडित जी भी जेकर कोई भी उसका विरोध करेगा जां फिर जिहड़ी मंडी ईरो दे खिलाफ बोलती है वह तो उन्होंने डायरैक्ट गाल भी कढ़ देगा। सुधर चुके हैं जी, ये घटना तो पहले की है, वो सरबजीत सिंह गोली लगन तो पहला। इस गोली कांड तो बाद उसके मन ठेस लगी लगती है पूरी तरह 100%। उत्थे उन्होंने पिंड है लुधियाने के नेड़े सरबजीत सिंह दी, वो बरसी दे विच गया, कल एक कलाकार सी, कोई कलाकार नहीं गए हिंदुस्तान दी पंजाब दी, बंदा गया रोया उत्थे, तुसी वीडियो देखो। ये सौ मुंडा है,
ਉਹ ਉਹਨਾਂ ਦੇ ਤਰਦ ਹੈ ਪੰਜਾਬੀ ਦੀ, ਪੰਜਾਬੀ ਭਾਸ਼ਾ ਦੀ, ਪੰਜਾਬੀ ਸੱਭਿਆਚਾਰ ਦੀ। ਉਸ ਨਸ਼ੇ ਦੀ ਖਿਲਾਫ ਦੀ ਗੱਲ ਕਰਦਾ ਹੈ, ਉਹ ਪੰਜਾਬੀ ਦੇ ਗੱਲ ਕਰਦਾ ਹੈ। ਕਦੇ ਕਦੇ ਕਹਿਣ ਦਾ ਭਾਵ ਹੈ ਠੋਸ ਪਹੁੰਚੀ ਹੈ, ਉਹਨਾਂ ਨੂੰ ਪਤਾ ਚੱਲ ਗਿਆ ਕਿ ਭੜਕਾਊ ਗਾਣਾ ਬੰਦ ਕਰਨ ਦੀ ਲੋੜ ਹੈ। ਇਸ ਸਰਬਜੀਤ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਕੋਈ ਵੀ ਗਲਤ ਨਹੀਂ ਗਾ ਰਹੇ ਨੇ, ਸਟੇਜ 'ਤੇ ਵੀ ਉਹ ਨਹੀਂ ਗਾਊਗਾ ਨਾ ਰਿਕਾਰਡਿੰਗ ਕਰੇਗਾ, ਮੈਨੂੰ ਪੂਰਾ ਦਾਅਵਾ ਹੈ। ਇਹ ਕਿਹਾ ਜਾ ਸਕਦਾ ਵੀ ਲੋਕਾਂ ਦੀ ਭੀੜ ਨੇ ਵਾਹ ਵਾਹ ਜੋ ਕੀਤੀ ਹੈ ਉਹਦੇ ਲਈ, ਉਹਦੇ ਕਰਕੇ ਉਹ ਹੋਰ ਅੱਗੇ ਗਾਉਣ ਨੂੰ ਪ੍ਰਮੋਟ ਕਰਨ ਨੂੰ ਗਾਣੇ ਨੂੰ, ਅਜਿਹੇ ਗਾਣੇ ਨੂੰ ਲਿਖਦਾ ਰਿਹਾ। ਲੋਕ ਕਿਤੇ ਨਾ ਕਿਤੇ ਜ਼ਿੰਮੇਵਾਰ ਹੈਗੇ ਨੇ ਜੀ। ਸਰ ਬਿਲਕੁਲ, ਮੈਂ ਪਹਿਲੇ ਵੀ ਕਿਹਾ ਕਿ ਮੁੰਡਾ ਸਾਊ ਹੈ, ਇਹਨਾਂ ਨੂੰ ਭੜਕਾਇਆ ਗਿਆ ਹੈ। ਕਿੱਥੇ ਜਿੱਥੇ ਉਹ ਪੜ੍ਹਨ ਲਈ ਗਿਆ ਸੀ ਕੈਨੇਡਾ, ਉੱਥੇ ਬਹੁਤ ਸਾਰੇ ਬੈਠੇ ਨੇ, ਉਹਨਾਂ ਦਾ ਪਾਸਪੋਰਟ ਵੀ ਖਤਮ ਕਰਨ ਲਈ ਅਸੀਂ ਕੋਸ਼ਿਸ਼ ਕਰਦਾ ਪਿਆ। ਜਿਨ੍ਹਾਂ ਨੇ ਇਸ ਸਾਊ ਮੁੰਡੇ ਨੂੰ ਭੜਕਾਇਆ, ਜਿਨ੍ਹਾਂ ਨੂੰ ਰਿਕਾਰਡਿੰਗ ਕਰਕੇ ਇਹਨਾਂ ਨੂੰ ਪ੍ਰਮੋਟ ਕਰਕੇ ਭੜਕਾਓ ਗਾਣਾ ਗਾਉਣ ਲਈ, ਉਹਨਾਂ ਨੂੰ ਮੈਨੂੰ ਪਤਾ ਹੈ ਉਹ ਕੌਣ ਹੈ। ਉਹ ਗੌਰਮੈਂਟ ਆਫ ਇੰਡੀਆ ਨੂੰ ਵੀ ਪਤਾ ਹੈ ਉਹ ਕੌਣ ਕੌਣ ਹੈ। ਉਹ ਸਾਰੇ ਨੂੰ ਲੱਭ ਕੇ ਚੁਣ ਕੇ ਸਜ਼ਾ ਦੇਣਾ ਹੈ, ਉਹ ਪੰਜਾਬ ਸਰਕਾਰ ਕਰੇਗੀ, ਭਾਰਤ ਸਰਕਾਰ ਕਰੇਗੀ। ਵਿਸ਼ਵ ਸ਼ਾਂਤੀ ਲਈ ਇਹੋ ਜਿਹਾ ਖਤਰਨਾਕ ਲੋਕਾਂ ਨੂੰ ਖਤਮ ਕਰਨ ਦੀ ਲੋੜ ਹੈ। ਦੇਖੋ, ਮੁੰਡਾ ਪੜ੍ਹਨ ਲਈ ਗਿਆ ਸੀ ਕੈਨੇਡਾ, ਲੈ ਕੇ ਕੀ ਆਇਆ ਧਰਤੀ ਤੋਂ ਪਰਤ ਕੇ? ਭੜਕਾਊ ਗਾਣਾ ਗਿਆਨ ਲੈ ਕੇ ਆਉਣਾ ਸੀ, ਉੱਥੇ ਜਾ ਕੇ ਗਿਆਨ ਲੈਣ ਲੈ ਗਿਆ ਸੀ ਉਹ। ਭੜਕਾਉਣ ਲੈ ਕੇ ਗਾਣਾ ਲੈ ਕੇ ਗਿਆ, ਕਿਉਂਕਿ ਉੱਥੇ ਲੋਕ ਨੇ ਜੋ ਭੜਕਾਊ ਗਾਣਾ ਸਿਖਾਇਆ ਮੁੰਡੇ ਨੂੰ, ਭੜਕਾਇਆ। ਸੁਣਨ ਵਾਲੇ ਹਿੰਦੁਸਤਾਨ ਵੀ ਬੈਠੇ ਨੇ, ਪੰਜਾਬ ਵਿੱਚ ਬੈਠੇ ਨੇ, ਕੁਛ ਲੋਕ ਉਹਨਾਂ ਨੂੰ ਸੁਣਦੇ ਨੇ, ਉਹਨਾਂ ਨੂੰ ਵਾਹ ਕਰਦੇ ਨੇ। ਉਹ ਰਿਕਾਰਡਿੰਗ ਕਰਦੇ ਗਿਆ ਮੁੰਡਾ। ਹੁਣ ਸਰਬਜੀਤ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਪਤਾ ਚੱਲ ਗਿਆ ਸੱਚਾਈ ਕੀ ਹੈ, ਉਹ ਛੱਡ ਦਿੱਤੇ ਨੇ, ਛੱਡਣਗੇ, ਰਿਕਾਰਡਿੰਗ ਨਹੀਂ ਕਰਨਗੇ, ਮੇਰਾ ਦਾਅਵਾ ਹੈ। ਪੰਡਿਤ ਰਾਓ ਨੂੰ ਕਿਤੇ ਨਾ ਕਿਤੇ ਕਾਫੀ, ਜਦੋਂ ਵੀ ਪੰਡਿਤ ਰਾਓ ਦੀਆਂ ਕੁਛ ਇੰਟਰਵਿਊ ਦੇਖਦਾ ਹੋਏਗਾ ਜਾਂ ਫਿਰ ਤੁਹਾਨੂੰ ਸੁਣਦਾ ਸੀ, ਉਦੋਂ ਸ਼ਾਇਦ ਉਸ ਨੂੰ ਗੁੱਸਾ ਆਉਂਦਾ ਸੀ। ਹੁਣ ਕੀ ਲੱਗਦਾ ਬਈ ਉਹ ਤੁਹਾਡੇ ਨਾਲ ਮਿਲ ਕੇ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਮਿਲਣ ਲਈ ਤਿਆਰ ਹੋਏਗਾ? ਮੇਰੇ ਨਾਲ ਉਹ ਕਦੇ ਵੀ ਗੁੱਸਾ ਨਹੀਂ ਸੀ, ਨਹੀਂ ਕਦੇ ਉਹ ਬੋਲਿਆ। ਉਹ ਜਦੋਂ ਚੰਡੀਗੜ੍ਹ ਦੇ ਵਿੱਚ ਵਿਰੋਧ ਕੀਤਾ ਤੁਸੀਂ ਚੰਡੀਗੜ੍ਹ, ਮੈਂ ਕਿਹਾ ਬਹੁਤ ਹੀ ਨਿਮਰਤਾ ਨਾਲ, ਮੈਂ ਤੁਹਾਨੂੰ ਦੱਸਾਂਗਾ ਵੀਰ ਸਰ ਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਏ ਸੀ ਮਾਰਚ 15 ਤਾਰੀਖ ਨੂੰ, ਇਸੀ ਸਾਲ 14 ਤਾਰੀਖ ਮੈਨੂੰ ਲੱਗਦਾ, ਮਾਰਚ 14। ਉੱਥੇ ਸਟੇਜ 'ਤੇ ਮੁੰਡਾ ਕਿਹਾ ਕਿ ਇੱਕ ਸਰ ਨੇ ਪੰਡਿਤ ਰਾਓ, ਮੈਨੂੰ ਪੂਰਾ ਪਤਾ ਨਹੀਂ ਹੈ, ਮੈਂ ਉਹਨਾਂ ਨੂੰ ਸਲੂਟ ਕਰਦਾ ਹੈ, ਉਹ ਬਹੁਤ ਹੀ ਸ਼ਾਂਤਮਈ ਨਾਲ ਮੈਨੂੰ ਵਿਰੋਧ ਕੀਤੇ ਨੇ, ਸਲੂਟ ਕੀਤਾ ਬੰਦੇ ਨੇ, ਉਸ ਤੋਂ ਬਾਅਦ ਕੀ ਉਮੀਦ ਕਰ ਸਕਦੇ ਹੋ ਤੁਸੀਂ? ਇੱਚੀ ਉੱਚੀ ਪੱਧਰ 'ਤੇ ਪਹੁੰਚਣ ਵਾਲਾ ਇੱਕ ਸ਼ਖਸੀਅਤ ਉਹ ਸਲੂਟ ਕਰਦਾ ਹੈ ਜਨ ਦੇ ਸਾਹਮਣੇ। ਉਹ ਬਹੁਤ ਸਾ ਉਹ ਮੁੰਡਾ ਸਮਝਦਾਰ ਨੇ, ਉਹ ਸਮਝਣਗੇ। ਇੱਕ ਦਿਨ ਤੁਸੀਂ ਦੇਖੋਗੇ ਉਹ ਬਾਬਾ ਨਾਨਕ ਦੀ ਗਾਣਾ ਗਾਊਗਾ, ਬੰਦਾ ਸਿੰਘ ਬਹਾਦੁਰ ਦੀ ਗਾਣਾ ਗਾਓ, ਕਿਉਂਕਿ ਬਚਪਨ ਖੋਲ੍ਹ ਕੇ ਦੇਖੋ, ਬਚਪਨ ਦੇ ਸਕੂਲ ਦੇ ਵਿੱਚ ਉਹ ਬੰਦਾ ਸਿੰਘ ਬਹਾਦੁਰ ਦੀ ਵਾਰ ਸੁਣਾਉਂਦਾ ਸੀ, ਉਹਨਾਂ ਦੇ ਜ਼ਹਿਨ ਵਿੱਚ ਬੰਦਾ ਸਿੰਘ ਬਹਾਦੁਰ ਦੀ ਸੁਰ ਹੈ, ਉਹ ਸੁਰ ਨਿਕਲੇਗੀ, ਮੈਂ ਨਿਕਾਲਾਂਗਾ। ਵੈਰੀ ਗੁੱਡ। ਸੋ ਪੰਡਿਤ ਜੀ ਨੇ ਅੱਜ ਜਿਹੜਾ ਐਲਾਨ ਕਰ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਸੁਧਾਰਨ ਦਾ ਜਿਹੜਾ ਬੀੜਾ ਉਹਨਾਂ ਨੇ ਚੁੱਕਿਆ ਹੋਇਆ ਹੈ, ਅਤੇ ਸਿੱਧੂ ਮੂਸੇਵਾਲਾ ਇੱਕ ਦਿਨ ਵਧੀਆ ਗਾਣੇ ਜਿਹੜੇ ਸਮਾਜ ਦੇ ਲਈ ਇੱਕ ਸੇਧ ਹੋਣਗੇ, ਧਾਰਮਿਕ ਗੀਤ ਹੋਣਗੇ, ਉਹਦੇ ਵਿੱਚ ਸੱਭਿਆਚਾਰਕ ਗੀਤ ਹੋਣਗੇ, ਜਿਹਦੇ ਵਿੱਚੋਂ ਅਸਲ ਵਿਰਸੇ ਦੀ ਜਿਹੜੀ ਝਿਲਕਾਹਟ ਸਾਨੂੰ ਨਜ਼ਰ ਵੀ ਆਏਗੀ। ਅਤੇ ਪੰਡਿਤ ਜੀ, ਜਿਹੜੇ ਨੌਜਵਾਨ ਜਾਂ ਜਿਹੜੇ ਲੋਕ ਅਜਿਹੇ ਗਾਇਕਾਂ ਨੂੰ ਪ੍ਰਮੋਟ ਕਰਦੇ ਨੇ, ਜੇ ਇੱਕ ਗੀਤ ਆਉਂਦਾ ਤਾਂ ਉਹਨਾਂ ਨੂੰ ਹੋਰ ਉਸ ਤੋਂ ਵੀ ਭੈੜਾ ਗੀਤ ਲਿਖਣ ਦੇ ਲਈ ਪ੍ਰਮੋਟ ਕਰਦੇ ਨੇ, ਉਹਨਾਂ ਦੀ ਸਲਾਹਨਾ ਕਰਦੇ ਨੇ, ਅਜਿਹੇ ਲੋਕਾਂ ਨੂੰ ਕੀ ਕਹੋਗੇ? ਦੇਖੋ, ਇਹੋ ਜਿਹੇ ਲੋਕ ਕੌਣ ਨੇ? ਇਹ ਲੋਕ ਸਮਝਦਾਰ ਨਹੀਂ ਹੋ ਸਕਦੇ, ਇਹਨਾਂ ਨੂੰ ਇੱਕ ਲਿਸਟ ਬਣਾ ਕੇ ਅਸੀਂ ਹਰ ਪੁਲਿਸ ਸਟੇਸ਼ਨ 'ਤੇ ਕੰਪਲੇਂਟ ਵੀ ਹੋਏਗੀ। ਜਿਹੜੇ ਲੋਕ ਇਹਨਾਂ ਦੇ ਨੈੱਟ 'ਤੇ ਇਹਨਾਂ ਦੇ ਕਮੈਂਟ ਕਰਦੇ ਨੇ, ਸਪੋਰਟ ਕਰਦੇ ਨੇ, ਇਹਨਾਂ ਵੀ ਲਿਸਟ ਦੇਖੋ। ਖੁਫੀਆ ਏਜੰਸੀ ਹੈਗਾ ਹਿੰਦੁਸਤਾਨ ਦੇ ਵਿੱਚ, CID ਕਹਿੰਦੇ ਉਸਨੂੰ, CBI ਕਹਿੰਦੇ, ਉਹ ਕੰਮ ਕਰ ਰਹੇ ਨੇ। ਇਹਨਾਂ ਨੂੰ ਲੱਭ ਕੇ ਇਹਨਾਂ ਨੂੰ ਪੁੱਛਿਆ ਜਾਵੇਗਾ ਕਿ ਹਿੰਦੁਸਤਾਨ ਨੂੰ ਵਿਸ਼ਵ ਸ਼ਾਂਤੀ ਨੂੰ ਖਤਰਾ ਕਰਨ ਲਈ ਇਹੋ ਜਿਹਾ ਕੰਮ ਕਰਦੇ ਪਏ ਹੋ ਤੁਸੀਂ? ਹਥਿਆਰਾ ਬੰਦੂਕ ਵਾਲੇ ਗਾਣਾ ਬੰਦ ਹੋਏਗੀ ਸਰ, ਇਹਨਾਂ ਨੂੰ ਛੱਡਣਾ ਨਹੀਂ। ਜੋ ਸ਼ਾਬਾਸ਼ੀ ਕਹਿੰਦੇ ਨੇ ਉਹ ਜਿਹੇ ਗਾਣੇ 'ਤੇ, ਉਹ ਵੀ ਰੁਕਣਗੇ, ਸੱਚਾਈ ਕੀ ਹੈ ਉਹ ਸਮਝਣਗੇ, ਇਹ ਗਾਣਾ ਰੁਕੇਗੀ ਜ਼ਰੂਰ ਜੀ। ਸੋ ਕੁਝ ਲੋਕ ਵੀ ਹੈਗੇ ਨੇ, ਤੁਸੀਂ ਸਿੱਧੂ ਮੂਸੇਵਾਲਾ ਨੂੰ ਪਸੰਦ ਕਰਦੇ ਹੋ ਜੀ? ਬਹੁਤ ਘੱਟ ਜੀ, ਬਹੁਤ ਘੱਟ। ਕਿਹੜੇ ਕਿਹੜੇ ਗੀਤ ਹੈਗੇ ਨੇ ਜਿਨ੍ਹਾਂ ਨੂੰ ਲਾਈਕ ਕਰਦੇ ਹੋ, ਕਿਵੇਂ ਦੇ ਗੀਤ? ਸਿੱਧੂ ਮੂਸੇਵਾਲੇ ਨੂੰ ਤਾਂ ਅਸੀਂ ਬਹੁਤ ਘੱਟ ਪ੍ਰਮੋਟ ਕਰਦੇ ਹਾਂ ਜੀ, ਠੀਕ ਆ। ਕਾਰਨ ਕੀ ਹੈ? ਔਰ ਕਾਰਨ ਇਹ ਕਿ ਬਸ ਤੁਹਾਨੂੰ ਕਾਰਨ ਦੱਸ ਰਹੇ ਨੇ, ਇਹ ਕਿਆ ਹਿਸਾਬ ਕਿਤਾਬ ਹੈ, ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਹੋਰ ਕੁਛ ਨਹੀਂ। ਅਗਰ ਸਾਡੀ ਯੰਗ ਜਨਰੇਸ਼ਨ ਇਹੀ ਸਭ ਕੁਛ ਸੁਣੇਗੀ ਅਤੇ ਅੱਗੇ ਇਹੀ ਫੋਲੋ ਕਰੇਗੀ। ਬਿਲਕੁਲ, ਹਾਂਜੀ ਹਾਂਜੀ। ਸਰ ਮੈਂ ਐਕਚੁਲੀ ਪ੍ਰੋਫੈਸਰ ਹਾਂ, ਅਤੇ ਜਦੋਂ ਮੈਂ ਬੱਚਿਆਂ ਨੂੰ ਸਵਾਲ ਪੁੱਛਦਾ ਕਿ ਸਾਡੇ ਪੰਜਾਬ ਦੇ ਕਵੀ ਕੌਣ ਨੇ,
ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਇੱਕ ਬਾਬਾ ਬੁੱਲੇ ਸ਼ਾਹ ਦਾ ਨਾਮ ਹੁੰਦਾ, ਹੋਰ ਕੋਈ ਨਾਂ ਨਹੀਂ ਹੁੰਦਾ। ਪਰ ਜਦੋਂ ਮੁੱਸੇਪੁਰ ਦੇ ਪੁੱਛਿਆ ਜਾਂਦਾ ਕਿ ਕਿਵੇਂ ਆ, ਤਾਂ ਉਹ ਹੂਟਿੰਗ ਕਰਦੇ ਨੇ ਵੀ ਹਾਂ ਮੁੱਸੇਪੁਰੀ ਵਾਲਾ। ਅਤੇ ਉਹਨਾਂ ਦੀ ਮੈਂ ਇੰਟਰਵਿਊ ਸੁਣੀ ਸੀ, ਕਹਿੰਦੇ ਸੀ ਜੇ ਮੇਰੇ ਮਨ 'ਚੋਂ ਗਾਲ ਨਿਕਲੂੰਗੀ ਮੈਂ ਗਾਲ ਵੀ ਸਟੇਜ 'ਤੇ ਗਾ ਕੇ ਜਾਵਾਂਗਾ। ਅਤੇ ਆਪਣੀ ਪੰਜਾਬ ਦੀ ਜਵਾਨੀ ਉੱਥੇ ਹੂਟਿੰਗ ਕਰ ਰਹੀ ਆ ਵੀ ਹਾਂ ਬਹੁਤ ਵਧੀਆ ਬਹੁਤ ਵਧੀਆ। ਜਦੋਂ ਤੱਕ ਅਸੀਂ ਆਪਣੇ ਪੰਜਾਬੀ ਦੇ ਬੱਚਿਆਂ ਤੱਕ ਪੰਜਾਬੀ ਸੱਭਿਆਚਾਰ, ਪੰਜਾਬੀ ਕਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਲੈ ਕੇ ਜਾਂਦੇ, ਉਦੋਂ ਤੱਕ ਮੁੱਸੇਪੁਰੀਏ ਟੌਪ ਦੇ ਸ਼ਾਇਰ ਰਹਿਣਗੇ। ਜਦੋਂ ਤੱਕ ਅਸਲ ਸ਼ਾਇਰ ਨਹੀਂ ਪੰਜਾਬੀ ਬੱਚਿਆਂ ਤੱਕ ਪਹੁੰਚਦਾ, ਉਦੋਂ ਤੱਕ ਇਹ ਉੜਾ ਉੜਾ ਗਾਣੇ ਵਾਲੇ ਜਾਂ ਮਾੜੇ ਜੋ ਵੀ ਗਾਉਂਦੇ ਨੇ, ਇਹ ਜਦ ਤੱਕ ਪੰਜਾਬ ਦੀ ਜਵਾਨੀ ਦੀ ਜਹਿਨ ਵਿੱਚ ਰਹੂੰਗਾ। ਅਸਲ ਤਾਂ ਮਕਸਦ ਸਾਡਾ ਇਹ ਹੈ ਕਿ ਅਸੀਂ ਪੰਜਾਬ ਦੀ ਜਵਾਨੀ 'ਚ ਪੰਜਾਬ ਦੇ ਜਿਹੜੇ ਪੁਰਾਤਨ ਲਿਖਾਰੀ ਨੇ, ਜਿਹੜੇ ਅਸਲੀ ਲੇਖਕ ਨੇ, ਉਹਨਾਂ ਨੂੰ ਲੈ ਕੇ ਆਈਏ, ਤਾਂ ਇਹ ਕਿਤੇ ਜਾ ਕੇ ਪੰਜਾਬ ਸੱਭਿਆਚਾਰ ਸਾਡਾ ਬਚ ਸਕਦਾ। ਬਿਲਕੁਲ। ਸੋ ਅੱਜ ਲੋੜ ਹੈ ਸੱਚਮੁੱਚ ਜਿਹੜੇ ਸੱਭਿਆਚਾਰਕ ਗੀਤ ਗਾਉਣ ਦੀ ਅਤੇ ਉਹੀ ਸਮਾਜ ਦੇ ਵਿੱਚ ਪਰੋਸਣ ਦੀ, ਜਿਸ ਦੀ ਸਮਾਜ ਨੂੰ ਅੱਜ ਲੋੜ ਹੈਗੀ ਹੈ। ਸਿੱਧੂ ਮੂਸੇਵਾਲਾ ਨੂੰ ਅਸੀਂ ਵੀ ਗੁਜ਼ਾਰਿਸ਼ ਕਰਾਂਗੇ ਕਿ ਚੰਗੇ ਗੀਤ ਅਤੇ ਚੰਗੀਆਂ ਲਿਖਤਾਂ ਹੀ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਆਈਆਂ ਜਾਣ, ਤਾਂ ਜੋ ਅੱਜ ਤੁਸੀਂ ਸਰਪੰਚੀ ਦੇ ਵਿੱਚ ਖੜ੍ਹੇ ਹੋ ਤਾਂ ਤੁਸੀਂ ਮਾਣ ਦੇ ਨਾਲ ਇਹ ਕਹਿ ਸਕੋ ਕਿ ਸਾਨੂੰ ਵੋਟ ਕੀਤੀ ਜਾਵੇ ਤਾਂ ਜੋ ਅਸੀਂ ਸਮਾਜ ਦਾ ਸੁਧਾਰ ਕਰ ਸਕੀਏ। ਕਿਉਂਕਿ ਜੇਕਰ ਅੱਜ ਤੁਸੀਂ ਸਮਾਜ ਸੁਧਾਰਨ ਦੀ ਗੱਲ ਕਰਦੇ ਹੋ ਤਾਂ ਦੂਆ ਸਵਾਲ ਤੁਹਾਡੇ ਉੱਤੇ ਖੜ੍ਹਾ ਹੋ ਜਾਂਦਾ ਕਿ ਤੁਸੀਂ ਪਹਿਲੇ ਸਮਾਜ ਨੂੰ ਸੁਧਾਰਨ ਦੇ ਲਈ ਕੀ ਕੁਝ ਕਰ ਚੁੱਕੇ ਹੋ। ਅਜਿਹੇ ਸਵਾਲ ਜਿਹੜੇ ਹੈਗੇ ਉਹ ਫਿਰ ਤੁਹਾਡੀ ਜਿਹੜੀ ਕਾਮਯਾਬੀ ਨੂੰ ਵੀ ਕਿਤੇ ਨਾ ਕਿਤੇ ਸੱਟ ਮਾਰਦੇ ਨੇ। ਸਿੱਧੂ ਮੂਸੇਵਾਲਾ ਨੂੰ ਇਹੀ ਗੁਜ਼ਾਰਿਸ਼ ਕਰਾਂਗੇ ਕਿ ਅਗਾਂਹ ਤੋਂ ਜਿਹੜੇ ਸਮਾਜ ਸੇਵੀ ਗੀਤ ਹੈਗੇ ਨੇ ਜਾਂ ਫਿਰ ਨੌਜਵਾਨਾਂ ਦੇ ਵਿੱਚ ਸੇਧ ਵਾਲੇ ਗੀਤ ਹੈਗੇ ਨੇ ਉਹੀ ਲਿਖੇ ਜਾਣ, ਉਹੀ ਗਾਏ ਜਾਣ, ਤਾਂ ਜੋ ਸਮਾਜ ਦਾ ਕੁਝ ਭਲਾ ਹੋ ਸਕੇ, ਤਾਂ ਜੋ ਅਸੀਂ ਨਰੋਏ ਸਮਾਜ ਦੀ ਜਿਹੜੀ ਸਿਰਜਣਾ ਕਰ ਸਕੀਏ। ਫਿਰ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਕੀ ਸਿੱਧੂ ਮੂਸੇਵਾਲਾ ਜੇਕਰ ਆਪ ਵੀ ਅੱਗੇ ਆਉਂਦੇ ਨੇ ਤਾਂ ਲੋਕ ਉਹਨਾਂ ਨੂੰ ਸਰਪੰਚ ਤੱਕ ਹੀ, ਮੁੱਖ ਮੰਤਰੀ ਪ੍ਰਧਾਨ ਮੰਤਰੀ ਤੱਕ ਬਣਾਉਣ ਨੂੰ ਵੀ ਤਿਆਰ ਜ਼ਰੂਰ ਹੋਣਗੇ। ਕੈਮਰਾਮੈਨ ਆਕਾਸ਼ ਮਾਜ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਰੂਪਨਗਰ।